ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ। ਅਤੇ ਅੱਜ ਉਹ ਘੜੀ ਆ ਚੁੱਕੀ ਹੈ ਜਦੋਂ ਆਪਾਂ ਟ੍ਰਿਪ ਲਈ ਫਾਈਨਲੀ ਤਿਆਰ ਹੋ ਗਏ ਜੀ। ਅਰਲੀ ਮਾਰਨਿੰਗ ਵਾਲੇ 6 ਕੀ ਵਜੇ ਨੇ, ਸੋ ਆਪਾਂ ਬਸ ਸਾਰਾ ਸਮਾਨ ਪੈਕ ਕਰ ਲਿਆ, ਸਮਾਨ ਗੱਡੀ 'ਚ ਰੱਖਦੇ ਹਾਂ ਅਤੇ ਨਿਕਲਦੇ ਹਾਂ। ਲਾਸਟ ਟਾਈਮ ਪ੍ਰੈਪਰੇਸ਼ਨਸ, ਬੂਟ ਗੰਦੇ ਸੀ, ਮੈਂ ਕਿਹਾ ਮਾਰ ਲਈਏ ਕੱਪੜਾ ਸੀ। ਸਾਰੇ ਰਾਹ 'ਚ ਹੀ ਮੀਂਹ ਪਈ ਜਾ ਰਿਹਾ ਵਾ ਅਤੇ ਆਪਾਂ ਹੁਣ ਸਾਰੇ ਖਾਣ ਰੁਕੇ ਸੀਗੇ। ਮੈਂ ਅਤੇ ਰਵੀ ਨੇ ਡੋਸਾ ਔਡਰ ਕਰਨਾ ਸੀਗਾ, ਪਰ ਇਹਨਾਂ ਦੇ ਕਹਿੰਦੇ ਸਾਡਾ ਹਾਲੇ ਨੌਨ ਕਾਰੀਗਰ ਚ ਕਾਰੀਗਰ ਨਹੀਂ ਹੈਗਾ ਇਹਨਾਂ ਦਾ ਡੋਸੇ ਵਾਲਾ, ਸੋ ਇਸ ਕਰਕੇ ਫਿਰ ਆਪਾਂ ਪਰੌਂਠਿਆਂ ਨਾਲ ਹੀ ਸੈਟਲ ਕਰ ਰਹੇ ਹਾਂ। ਘਰ ਵੀ ਪਰੌਂਠੇ, ਉਰੇ ਵੀ ਪਰੌਂਠੇ। ਤਾਂ ਘਰੋਂ ਤੁਰੇ ਸੀਗੇ ਜੀ, ਤਾਂ ਇੱਦਾਂ ਹੀ ਸੋਚਿਆ ਸੀ ਵੀ ਜੇ ਬ੍ਰੇਕਫਾਸਟ ਕਰਾਂਗੇ ਤਾਂ ਆਪਾਂ ਗੋਲਡਨ ਹਾਟੀ ਕਰਾਂਗੇ ਜੀ, ਰਾਮ ਸਿੰਘ ਰਾਣਾ। ਕਿਸਾਨ ਭਾਈਓ ਕੇ ਲਈ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਗੋਲਡਨ ਹਾਟੇ। ਤੁਸੀਂ ਪਹਿਲਾਂ ਇਹਦੇ ਬਾਰੇ ਸੁਣਿਆ ਹੋਣਾ, ਕਾਫੀ ਸੁਰਖੀਆਂ ਦੇ ਵਿੱਚ ਰਿਹਾ ਸੀਗਾ ਇਹ ਢਾਬਾ, ਕਿਉਂਕਿ ਉਰੇ ਬੈਰੀਕੇਡ ਜੇ ਲਾਤੇ ਸੀਗੇ, ਫਿਰ ਕਿਸਾਨਾਂ ਨੇ ਆ ਕੇ ਪੱਟੇ ਸੀਗੇ। ਫਿਰ ਸੋਚਿਆ ਸੀਗਾ ਵੀ ਉਰੇ ਬ੍ਰੇਕਫਾਸਟ ਕਰਾਂਗੇ ਜੇ ਕਰਾਂਗੇ, ਅਤੇ ਬ੍ਰੇਕਫਾਸਟ ਕਰ ਲਿਆ ਜੀ, ਵਧੀਆ ਸੀਗਾ। ਪਰ ਡੋਸਾ ਨਹੀਂ ਮਿਲਿਆ ਗਿਆ। ਇੱਧਰ ਬਾਈਕਾਂ ਲੱਗੀਆਂ ਹੋਈਆਂ ਨੇ, ਬਾਈਕਰਸ ਨੂੰ ਔਖਾ ਮੀਂਹ ਦੇ ਵਿੱਚ, ਹੁਣ ਮੀਂਹ ਪੈ ਰਿਹਾ ਵਾ, ਜਦੋਂ ਘਰੇ ਤੁਰੇ ਆ ਉਦੋਂ ਦਾ ਹੀ ਮੀਂਹ ਪੈ ਰਿਹਾ। ਆਹ ਢਾਬੇ ਵਾਲੇ ਓਨਰ ਦੀ ਜਿੰਨੀ ਸਿਫਤ ਕਰੀਏ ਓਨੀ ਘੱਟ ਆ ਜੀ, ਬਹੁਤ ਵੱਡੀ ਦੇਣ ਆ ਕਿਸਾਨਾਂ ਨੂੰ ਇਹਨਾਂ ਦੀ। ਸੋ ਆਪਾਂ ਚੱਲਦੇ ਹਾਂ ਹੁਣ ਅੱਗੇ। ਬਹੁਤ ਬੜੀ ਨਹੀਂ, ਬਹੁਤ ਜ਼ਿਆਦਾ ਵੱਡੀ, ਹਾਂਜੀ, ਦੇਣ ਇਹਨਾਂ ਦੀ ਕਿਸਾਨਾਂ ਨੂੰ, ਇਹਨਾਂ ਦਾ ਕਹਵਾ ਨਾ ਜੇ ਉਹਨਾਂ ਤੱਕ ਕਦੇ ਵਲੌਗ ਪਹੁੰਚੂਗਾ। ਥੈਂਕ ਯੂ ਯਾਰ, ਤੁਸੀਂ ਇੰਨਾ ਜ਼ਿਆਦਾ ਕੁਛ ਕੀਤਾ ਕਿਸਾਨਾਂ ਵਾਸਤੇ। ਗੋਲਡਨ ਹੱਟ ਤੇ ਉਹਨਾਂ ਦਾ ਦਿਲ ਵੀ ਗੋਲਡਨ ਆ, ਗੋਲਡਨ ਹੱਟ। ਆ ਪਿੱਛੇ ਪੈਟਰੋਲ ਪੰਪ ਦੇ ਲਾਈਨ ਦੇਖੋ ਕਿੰਨੀ ਲੰਬੀ ਲੱਗੀ ਹੋਈ ਆ। ਆਪਾਂ ਪਹੁੰਚ ਗਏ ਜੀ ਹੁਣ, ਮਤਲਬ ਪਹੁੰਚੇ ਰਾਹ 'ਚ ਪਹੁੰਚ ਕੇ 200 ਕਿਲੋਮੀਟਰ ਦੂਰ ਆਪਾਂ ਆਲਮੋਸਟ ਜੈਪੁਰ ਤੋਂ, ਅਤੇ ਉਰੇ ਚਾਹ ਪੀਣ ਲਈ ਰੁਕੇ ਹਾਂ। ਇੱਧਰ ਕੋਈ ਬਸੰਤ ਢਾਬਾ ਵਾ, ਉਰੇ ਇੱਕ ਟੀ ਸਟਾਲ ਸੀਗੀ, ਸੋ ਉਰੇ ਬੈਠੇ ਹਾਂ। ਇਹਨਾਂ ਨੇ ਤਖ਼ਤ ਉਸ ਜਿਹਾ ਲਾਇਆ ਹੋਇਆ, ਚਾਹ ਪੀਂਦੇ ਹਾਂ ਜੀ, ਬਹੁਤ ਲੋੜ ਆ, ਨੀਂਦ ਆਉਣ ਲੱਗ ਜਾਂਦੀ ਡਰਾਈਵ ਕਰਕੇ। ਡੈਡੀ ਕਹਿੰਦੇ ਮੈਂ ਸਮੋਸਾ ਖਾਣਾ ਪਹਿਲਾਂ, ਕਿਵੇਂ ਆ ਡੈਡੀ ਜੀ? ਚਟਨੀ ਦਾ ਫਰਕ, ਚਟਨੀ ਦਾ ਫਰਕ ਆ, ਚਟਨੀ ਇਹਨਾਂ ਦਾ ਰੰਗ ਵੀ ਹੋਰ ਆ, ਚਟਨੀ ਰੰਗ ਲਾਲ ਆ। ਹਾਂ, ਅਤੇ ਆਹ ਮੈਂ ਪੈਟਰੋਲ ਪੰਪ ਕਹਿਤਾ, ਇਹ ਪੈਟਰੋਲ ਪੰਪ ਨਹੀਂ ਹੈਗਾ ਮੈਨੂੰ ਲੱਗਦਾ, ਉਰੇ ਗੈਸ ਭਰਦੇ ਆ, ਸੀ ਐਨ ਜੀ ਵਾਲਾ ਵਾ ਇਹ। ਉਹ ਤਾਂ ਮੈਂ ਹੀ ਦੱਸਿਆ, ਤੁਸੀਂ ਕਰਦੇ ਗੈਸ 'ਚ ਬਹੁਤ ਭੀੜ ਆ। ਸਮੋਸਾ ਖਾ ਲਓ ਡੈਡੀ, ਗੱਲ ਨੂੰ ਮੇਰੇ ਚੱਲ ਲੱਗ ਗਿਆ। ਗੈਸ ਸਟੇਸ਼ਨ ਗੈਸ ਸਟੇਸ਼ਨ ਰਸਤਾ ਹੀ ਗਿਆ ਡੈਡੀ, ਤੁਹਾਨੂੰ ਦਾਰੂ ਪਾਈ ਦਾ ਚਾਹ ਪੀਵਾਂਗੇ ਜੀ, ਰਾਜਸਥਾਨੀ ਸਟਾਈਲ ਮਿੱਟੀ ਦੇ ਭਾਂਡੇ ਦੇ ਵਿੱਚ, ਜਿਹੜੇ ਭਾਂਡੇ 'ਚ ਬਾਈ ਨੇ ਚਾਹ ਬਣਾਈ ਹੈ। ਇੱਕ ਕੱਪ ਹੀ ਸੀਗਾ, ਉਹ ਇੱਕ ਕੱਪ ਦੇ ਵਿੱਚੋਂ ਹੀ ਬਾਈ ਨੇ 5 ਕੱਪ ਕਰਤੇ, ਤੋ ਪੀ ਕੇ ਦੇਖਦੇ ਜੀ। ਚਾਹ ਘੈਂਟ, ਅਦਰਕ ਉਦਰਕ ਪੂਰਾ ਪਾਇਆ ਹੋਇਆ ਹੈ, ਚਾਹ ਘੈਂਟ ਆ ਪੂਰੀ। ਅਸੀਂ ਪਹਿਲੀ ਵਾਰੀ ਪੀਤੀ ਹੈ, ਪ੍ਰੋਫੈਸ਼ਨਲ ਚਾਹ ਵਾ, ਮੈਂ ਪਹਿਲੀ ਵਾਰੀ ਪੀਤੀ ਹੈ ਜੀ ਮਿੱਟੀ ਦੇ ਭਾਂਡੇ ਦੇ ਵਿੱਚ। ਬਸ ਇਸ ਤੋਂ ਬਾਅਦ ਸਿੱਟ ਦੇਣਾ ਗਰਮੇ ਦਾ, ਕਿੰਨੀ ਮਿਹਨਤ ਲੱਗਦੀ ਆ। ਅਤੇ ਚਾਹ ਘੈਂਟ ਆ, ਚਾਹੇ ਘੱਟ ਆ ਪਰ ਚਾਹ ਘੈਂਟ। ਆਹ ਖਾਸੀ ਵਧੀਆ ਲੋਕੇਸ਼ਨ ਆ, ਉਰੇ ਬੱਚਿਆਂ ਦੇ ਖੇਡਣ ਨੂੰ ਟ੍ਰੈਂਪੋਲਾਈਨ, ਆਹ ਕੁਛ ਹੋ ਗਿਆ, ਆਹ ਕੱਪੜਿਆਂ ਦਾ ਹੋ ਗਿਆ ਸ਼ੋਰੂਮ ਜਿਹਾ, ਬ੍ਰਾਂਡਸ ਫੈਕਟਰੀ ਬੈਗ ਬੂਗ ਰੱਖੇ ਹੋਏ ਨੇ, ਇੱਕ ਉਹ ਸ਼ੋਰੂਮ ਹੋ ਗਿਆ, ਢਾਬਾ ਹੋ ਗਿਆ, ਆਹ ਇੱਕ ਸ਼ੋਪ ਹੋ ਗਈ, ਫਿਰ ਨਾਲ ਹੀ ਰੈੱਡ ਟੇਪ ਦਾ ਸ਼ੋਰੂਮ ਆ। ਮਤਲਬ ਖਾਸਾ ਕੁਛ ਆ ਜਾ, ਉਰੇ ਟਰੈਕਟਰ ਖੜ੍ਹਾ ਅਤੇ ਉਹ ਆਪਣੇ ਯਾਰ ਬੇਲੀ ਖੜ੍ਹੇ ਨੇ, ਨੱਚੀ ਜਾਂਦੇ ਆ। ਸੋ ਮਾੜਾ ਮੋਟਾ ਖਾ ਪੀ ਲਿਆ ਜੀ, ਹੁਣ ਆਪਾਂ ਚੱਲੀਏ 2 ਘੰਟੇ ਦਾ ਨਹੀਂ, 200 ਕਿਲੋਮੀਟਰ ਰਹਿੰਦਾ, ਚਾਹੇ ਉਹ 2 ਘੰਟੇ 'ਚ ਕੱਢ ਦਿਓ, ਚਾਹੇ 1.5 'ਚ, ਚਾਹੇ 3 'ਚ। ਡੈਡੀ ਦੀ ਵਾਲੀ ਸਰਵਿਸ ਆ, ਫੁੱਲ ਸਰਵਿਸ ਆ ਡੈਡੀ, ਪਤਾ ਨਹੀਂ ਕਿਉਂ ਕੱਪੜਾ ਫਿਰਨ ਲੱਗ ਗਿਆ ਡੈਡੀ ਨੂੰ, ਕਿਹਾ ਵੀ ਅੰਦਰ ਹੀ ਸਾਫ਼ ਹੋ ਜਾਣੀ ਆ, ਪਰ ਚਲੋ ਹੁਣ ਡੈਡੀ ਦਾ ਜੀ ਲੱਗਿਆ ਹੋਇਆ, ਕਰ ਲੈਣ ਦਿਓ ਸਾਫ਼। ਕਾਂਟਕ ਦੂਰ ਰਹਿ ਗਿਆ ਆਪਾਂ ਆਪਣੀ ਫਾਈਨਲ ਡੈਸਟੀਨੇਸ਼ਨ ਜੋ ਕਿ ਜੈਪੁਰ ਆ, ਪਰ ਜੈਪੁਰ ਤੋਂ ਆਪਾਂ ਪਹਿਲਾਂ ਹੀ ਥੋੜ੍ਹਾ ਜਿਹਾ ਰੁਕ ਰਹੇ ਹਾਂ। ਜਿੰਨਾ ਸਾਰਾ ਰਾਹ ਸੀ ਮੈਂ ਡਰਾਈਵ ਕਰਕੇ ਆਇਆ, ਇੰਨਾ ਜ਼ਿਆਦਾ ਸੋਹਣਾ ਰਾਹ ਵਾ, ਪਹਾੜੀਆਂ ਹੀ ਨੇ, ਪਹਾੜੀਆਂ ਦੇ ਉੱਤੇ ਘਰ ਜੀ, ਬੜਾ ਜ਼ਿਆਦਾ ਸੋਹਣਾ ਹਾਈਵੇ, ਬਹੁਤ ਵਧੀਆ ਬਣਾਇਆ ਹਾਈਵੇ, ਤਾਂ ਇੱਕ ਨੰਬਰ ਆ। ਅਤੇ ਅਸੀਂ ਉਰੇ ਰੁਕੇ ਹਾਂ ਜੀ, ਡੈਡੀ ਉੱਧਰ ਫਰੂਟ ਵਗੈਰਾ ਲੈਣ ਗਏ ਨੇ ਜਿਨ੍ਹਾਂ ਦੇ ਆਪਾਂ ਜਾਣਾ ਵਾ, ਰਹਿਣਾ ਵਾ, ਸੋ ਉਹਨਾਂ ਵਾਸਤੇ। ਅਤੇ ਇੱਕ ਹੋਰ ਗੱਲ, ਮੈਨੂੰ ਇੱਧਰ ਹਰਿਆਣਾ ਰਾਜਸਥਾਨ ਦੇ ਵਿੱਚ ਹਾਲੇ ਤੱਕ ਸੱਚੀ ਗਿਆ ਨਾ, ਮੈਨੂੰ ਪਤਾ ਬਾਹਲੇ ਜ਼ਿਆਦਾ ਸਰਦਾਰ ਨੇ, ਪਰ ਕੋਈ ਵੀ ਸਰਦਾਰ ਬੰਦਾ ਨਾ ਮੋਟਰਸਾਈਕਲ 'ਤੇ ਦੇਖਿਆ ਨਾ ਗੱਡੀ ਦੇ ਵਿੱਚ, ਹਾਲੇ ਤੱਕ ਨਹੀਂ ਦੇਖਿਆ। ਬਸ ਇੱਦਾਂ ਸਮਝ ਲਓ ਵੀ ਮੀਂਹ ਦੀ ਝੜੀ ਲੱਗੀ ਹੋਈ ਆ, ਸਾਰੇ ਰਾਹ ਮੀਂਹ ਪਈ ਜਾ ਰਿਹਾ ਵਾ। ਮੈਨੂੰ ਐਂ ਵੀ ਅਗਲੇ 2 ਦਿਨ ਨਾ ਪਈ ਜਾਵੇ, 2-3 ਦਿਨ ਫਿਰ ਔਖਾ ਹੋ ਜੂਗਾ। ਅਤੇ ਸੱਜੇ ਪਾਸੇ ਪਹਾੜ ਦੇ ਜੀ, ਖੱਬੇ ਪਾਸੇ ਖਾਈ ਆ, ਫਿਰ ਪਹਾੜ, ਬਹੁਤ ਸੋਹਣਾ, ਬਹੁਤ ਹੀ ਜ਼ਿਆਦਾ ਸੋਹਣਾ ਵਿਊ ਆ।
ਤਾਂ ਥੋੜਾ ਜਿਹਾ ਵੈਸੇ ਮੀਂਹ ਕਰਕੇ ਹੋਰ ਵੀ ਸੋਹਣਾ ਲੱਗਦਾ, ਪਹਾੜਾਂ 'ਚ ਤਾਂ ਮੀਂਹ ਵਧੀਆ ਲੱਗਦਾ ਵਾ ਘੈਂਟ। ਰਾਜਸਥਾਨ ਵਾਲੇ ਬੜੀ ਕੰਪਲੇਂਟ ਕਰ ਰਹੇ ਸੀ ਸਾਡੇ ਮੀਂਹ ਨਹੀਂ ਪੈ ਰਿਹਾ। ਹੁਣ ਆਪਾਂ ਪਿੰਡਾਂ ਪਿੰਡਾਂ ਵਿੱਚ ਦੇ ਜਾ ਰਹੇ ਹਾਂ ਜੀ। ਸੜਕਾਂ ਬਹੁਤ ਜ਼ਿਆਦਾ ਭੀੜੀਆਂ ਨੇ, ਮਤਲਬ ਆਹ ਸੜਕ ਆ ਪਤਲੀ ਜਿਹੀ ਗਲੀ ਆ, ਤੇ ਹੁਣ ਮੂਹਰੇ ਸਾਡੇ ਡੰਗਰ ਜਾ ਰਹੇ ਨੇ, ਹੁਣ ਟਹਿਲ ਰਹੇ ਨੇ। ਇਹਨਾਂ ਦਾ ਮਾਲਕ ਵੀ ਕੋਈ ਨੀ, ਮਾਲਕ ਪਤਾ ਨੀ ਹੋਊਗਾ ਆਸੇ ਪਾਸੇ ਹੋ ਜਾਂ। ਕਈ ਵਾਰ ਐਵੇਂ ਹੁੰਦਾ ਕਿਸੇ ਕਿਸੇ ਘਰ ਨੇ ਸਿਖਾਈਆਂ ਹੁੰਦੀਆਂ ਨੇ ਵੀ ਆਪੇ ਇੱਧਰ ਆ ਜਾਇਓ, ਬਸ ਅਸੀਂ ਸਬਰ ਦਾ ਘੁੱਟ ਭਰ ਕੇ ਆਰਾਮ ਨਾਲ ਪਿੱਛੇ ਪਿੱਛੇ ਜਾ ਰਹੇ ਆ। ਖੜ ਗਈ ਹੁਣ, ਐਕਸਕਿਊਜ਼ ਮੀ ਬੜੀ, ਪਲੀਜ਼ ਮੂਵ। ਅੱਛਾ ਟੋਕਨ ਸਾਰੀਆਂ ਦੀ ਪਾ ਦਿੰਦੇ ਆ ਕੱਟੀ ਨੂੰ ਛੱਡ ਕੇ। ਹਾਂਜੀ ਹਾਂਜੀ, ਕੰਨ 'ਚ। ਸੋ ਅਸੀਂ ਪਹੁੰਚ ਗਏ ਜੀ ਫਾਰਮ ਹਾਊਸ ਦੇ ਵਿੱਚ ਜਿੱਥੇ ਅਸੀਂ ਰੁਕਣਾ ਸੀਗਾ। ਇਹ ਸਾਡੇ ਗਾਹਾਂ ਫਰੈਂਡ ਦਾ ਹੀ ਇੱਦਾਂ ਹੀ ਸੀਗਾ ਜੀ, ਐਜ਼ ਅ ਸਬਸਕ੍ਰਾਈਬਰ ਹੀ ਮਿਲੇ ਸੀਗੇ। ਉਹ ਕਹਿੰਦੇ ਸੀ ਵੀ ਇੱਕ ਦਿਨ ਜ਼ਰੂਰ ਰੁਕਿਓ, ਪਹਿਲਾਂ ਅਸੀਂ ਹੋਟਲ ਵਗੈਰਾ ਜਾਣਾ ਸੀਗਾ ਪ੍ਰੋਬੇਬਲੀ ਕੱਲ੍ਹ ਨੂੰ, ਪਰ ਅਸੀਂ ਜੈਪੁਰ 'ਤੇ ਜਦੋਂ ਘੁੰਮਣ ਜਾਵਾਂਗੇ ਤਾਂ ਉੱਥੇ ਹੋਟਲ ਦੇ ਵਿੱਚ ਚੈੱਕਇਨ ਵਗੈਰਾ ਕਰਾ ਦਾਂਗੇ। ਅਤੇ ਬਾਹਲੀ ਜ਼ਿਆਦਾ ਸੋਹਣੀ ਜਗ੍ਹਾ ਵਾ, ਤੁਸੀਂ ਦੇਖ ਸਕਦੇ ਹੋ ਬੱਕਰੀਆਂ, ਉਹ ਕੁੱਤੇ ਬਾਹਲੇ ਜ਼ਿਆਦਾ ਫਰੈਂਡਲੀ ਆ, ਇਹਨਾਂ ਦੇ ਇੰਨੇ ਜ਼ਿਆਦਾ ਫਰੈਂਡਲੀ ਆ, ਸਾਡੇ ਨਾਲ ਹੀ ਫਿਰੀ ਜਾਂਦੇ, ਜਿਵੇਂ ਪ੍ਰੋਟੈਕਸ਼ਨ ਹੀ ਕਰਦੇ ਹੈਗੇ। ਔਰ ਮੁਰਗੀਆਂ ਤੁਹਾਨੂੰ ਮੰਮੀ ਉਹਨਾਂ ਦੇ ਚੈਨਲ ਦੇ ਉੱਤੇ ਵਲੋਗ ਆ ਗਿਆ ਹੋਊਗਾ ਪ੍ਰੋਬੇਬਲੀ ਹੁਣ ਤੱਕ, ਉਹਦੇ ਵਿੱਚ ਦੇਖਣ ਨੂੰ ਮਿਲੂਗਾ। ਬਾਹਲੀਆਂ ਜ਼ਿਆਦਾ ਮੁਰਗੀਆਂ ਨੇ, ਬਹੁਤ ਸੋਹਣਾ ਦੇਸੀ ਤਰੀਕੇ ਦਾ ਇਹ ਫਾਰਮ ਹਾਊਸ ਹੀ ਹੈਗਾ ਵਾ। ਅਤੇ ਔਰ ਇੱਕ ਘੈਂਟ ਚੀਜ਼ ਇਹ ਹੋਈ ਵੀ ਇਹਨਾਂ ਨੇ ਸਾਨੂੰ ਆਉਂਦਿਆਂ ਨੂੰ ਹੀ ਸਪੈਸ਼ਲ ਕਾਲੀ ਮਿਰਚ ਵਾਲੀ ਚਾਹ ਪਿਲਾਈ, ਮੈਂ ਅੱਜ ਤੱਕ ਨਹੀਂ ਪੀਤੀ ਸੀਗੀ। ਜਿਹੜੇ ਬੰਦੇ ਨੇ ਬਣਾਈ ਮੈਨੂੰ ਲੱਗਦਾ ਨਾ ਕਾਲੀ ਮਿਰਚ ਵੱਧ ਪਾਤੀ। ਮੈਂ ਤੇ ਮੰਮੀ ਦਾ ਤਾਂ ਪੀਤੀ ਨਹੀਂ ਗਈ, ਸਾਰਿਆਂ ਦੇ ਗਲਾ ਫੜਦੀ ਸੀ, ਪਰ ਮੈਨੂੰ ਤੇ ਡੈਡੀ ਨੂੰ ਵਧੀਆ ਲੱਗੀ। ਅਤੇ ਜੇ ਮੌਸਮ ਦੀ ਗੱਲ ਕਰੀਏ, ਬੰਦਾ ਐਵੇਂ ਸੋਚਦਾ ਵੀ ਰਾਜਸਥਾਨ ਦੇ ਵਿੱਚ ਗਰਮੀ ਹੋਊਗੀ ਜਾਂ ਕੁਛ ਮਰਜ਼ੀ, ਸਾਰੇ ਰਾਹ ਦੇ ਵਿੱਚ ਜੀ ਮੀਂਹ ਪੈਂਦਾ ਆਇਆ ਵਾ, ਅਤੇ ਇੰਨਾ ਜ਼ਿਆਦਾ ਸੋਹਣਾ ਮੌਸਮ ਆ, ਇੰਨੀ ਜ਼ਿਆਦਾ ਠੰਡੀ ਹਵਾ ਚੱਲ ਰਹੀ ਹੈ, ਐਨਕਾਂ ਦੇਖ ਸਕਦੇ ਤੁਸੀਂ, ਕਣੀਆਂ ਵੀ ਪਈਆਂ ਹੋਈਆਂ ਨੇ। ਤਾਂ ਮੌਸਮ ਵੱਲੋਂ ਜੀ ਕੋਈ ਕਸਰ ਨਹੀਂ ਛੱਡੀ ਹੈਗੀ ਰੱਬ ਨੇ। ਅਤੇ ਵੈਸੇ ਵੀ ਅੱਜ ਉਰੇ ਵਿਹੜੇ 'ਚ ਹੀ ਪਵਾਂਗੇ ਆਰਾਮ ਨਾਲ, ਵੈਸੇ ਜਿੱਥੇ ਛੱਤ ਹੋ ਗਈ ਉਹ ਥੱਲੇ ਪਵਾਂਗੇ, ਨਹੀਂ ਤਾਂ ਮੀਂਹ 'ਚ ਭੇਜੀ ਜਾਂਗੇ। ਵੈਸੇ ਵੀ ਜਿਵੇਂ ਪਹਿਲੇ ਦਿਨ ਅਸੀਂ ਆਏ ਸੀ ਇੰਨਾ ਟਰੈਵਲ ਕੀਤਾ ਨਾ, ਮੈਂ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਲਗਾਤਾਰ ਇੰਨੇ ਘੰਟੇ ਗੱਡੀ ਚਲਾਈ, ਸੋ ਬੰਦਾ ਥੱਕ ਜਾਂਦਾ ਵਾ ਅਤੇ ਕੁਛ ਕਰ ਨਹੀਂ ਪਾਉਂਦਾ ਹੈਗਾ। ਅਸੀਂ ਉਸ ਹਿਸਾਬ ਨਾਲ ਚਲੇ ਸੀ, ਪਹਿਲੇ ਦਿਨ ਜਾ ਕੇ ਤਾਂ ਰੈਸਟ ਕਰਾਂਗੇ, ਸੈਟਲਿਨ ਹੋਵਾਂਗੇ ਆਰਾਮ ਨਾਲ, ਅਤੇ ਉਦੋਂ ਬਾਅਦ ਫਿਰ ਤੁਹਾਨੂੰ ਘੈਂਟ ਘੈਂਟ ਵੀਡੀਓਸ ਬਣਾ ਕੇ ਦੇਵਾਂਗੇ ਜੀ। ਅਤੇ ਜਿਹੜੀ ਇੱਕ ਹੋਰ ਗੱਲ ਆ ਵੀ ਅੱਜ ਮੌਸਮ ਕਰਕੇ ਵਧੀਆ, ਬਟ ਇਹਨਾਂ ਨੇ ਸਾਨੂੰ ਦੱਸਿਆ ਉਰੇ ਵੀ ਉਰੇ ਅੱਜ ਦਾ ਦਿਨ ਨਹੀਂ ਵੀ ਹਮੇਸ਼ਾ ਹੀ ਉਰੇ ਬਾਕੀਆਂ ਨਾਲੋਂ ਠੰਡਕ ਹੁੰਦੀ ਆ, ਕਿਉਂਕਿ ਆਪ ਗੰਗਾ ਨਗਰ ਤੋਂ ਇੱਥੇ ਆਏ ਸੀ, ਇਹ ਕਹਿੰਦੇ ਵੀ ਗੰਗਾ ਨਗਰ ਬਹੁਤ ਗਰਮੀ ਸੀ ਪਰ ਉਰੇ ਹਮੇਸ਼ਾ ਠੰਡੀ ਹਵਾ ਚੱਲਦੀ ਆ, ਬਹੁਤ ਜ਼ਿਆਦਾ ਸੋਹਣਾ ਪਰਫੈਕਟ ਮੌਸਮ ਆ। ਅਤੇ ਇੱਕ ਹੋਰ ਘੈਂਟ ਗੱਲ ਹੋਈ ਵੀ ਜੇ ਅਸੀਂ ਸਿੱਧਾ ਜੈਪੁਰ ਚਲੀ ਜਾਂਦੇ ਤਾਂ ਅਸੀਂ ਇੱਥੋਂ ਦੇ ਪਿੰਡ ਨਹੀਂ ਦੇਖਣੇ ਸੀ, ਹੁਣ ਅਸੀਂ ਪਿੰਡਾਂ ਦੇ ਵਿੱਚ ਦੀ ਆਇਆ, ਪਿੰਡ ਦੇਖ ਕੇ ਲੋਕ ਹੁੱਕਾ ਪੀ ਜਾਂਦੇ ਸੀਗੇ, ਸੋ ਸਾਰਿਆਂ ਦੇ ਉਹ ਅਸਲੀ ਰਾਜਸਥਾਨ ਆ, ਬੰਦਾ ਟੂਰਿਸਟ ਪਲੇਸ ਇੱਕ ਥਾਂ ਤੇ ਚਲੀ ਜਾਂਦਾ ਵਾ, ਬਟ ਅਸਲੀ ਰਾਜਸਥਾਨ ਸਾਰਿਆਂ ਦੇ ਦੂਜੇ ਲੋਟ ਪਾਨੇ ਬੰਨੇ ਹੋਏ ਸੀਗੇ, ਸਾਰੀਆਂ ਲੇਡੀਜ਼ ਦੇ ਉਹ ਘੁੰਗਟ ਸੀਗਾ, ਸੋ ਉਰੇ ਆ ਕੇ ਹੁਣ ਅਸੀਂ ਪੂਰੇ ਇਹਨਾਂ ਦੇ ਗੁਆਂਢੀਆਂ ਦੇ ਵਿਆਹ ਵਾ, ਸੋ ਸਾਨੂੰ ਵਿਆਹ ਦੀ ਵੀ ਥੋੜ੍ਹੀ ਜਿਹੀ ਝਲਕ ਦੇਖਣ ਨੂੰ ਮਿਲ ਗਈ, ਉਹਨਾਂ ਦੇ ਟੈਂਟ ਟੈਂਟ ਲੱਗਿਆ ਵੀ ਕੀ ਮਾਹੌਲ ਆ ਪਿੰਡ ਦਾ। ਬਾਕੀ ਜੇ ਤੁਹਾਨੂੰ ਵਲੌਗ ਦੇ ਵਿੱਚ ਐਨਰਜੀ ਵਗੈਰਾ ਘੱਟ ਲੱਗੀ ਤਾਂ ਐਂ ਹਿਸਾਬ ਲਾ ਲਿਓ, ਕਿਉਂਕਿ ਮੈਂ ਥੱਕ ਚੁੱਕਿਆ ਵਾ। ਸੋ ਅਤੇ ਪਹਿਲੇ ਦਿਨ ਆਹ ਜਿਹੜੇ ਆਹ ਮੁਰਗੇ ਨੇ ਇਹਨਾਂ ਦਾ ਪਾਊਂਡ ਪਾਊਂਡ ਵੇਟ ਆ ਮੁਰਗੀਆਂ, ਇਹ ਔਰਨਾਮੈਂਟਲ ਬਰਡ ਹੀ ਨੇ, ਮਤਲਬ ਇਹਨਾਂ 'ਚੋਂ ਕੁਛ ਬਾਹਲਾ ਮੀਟ ਮੂਟ ਲਈ ਨਹੀਂ ਇਹ ਪਾਲੇ ਜਾਂਦੇ, ਬਸ ਦੇਖਣ ਨੂੰ ਸੋਹਣੇ ਲੱਗਦੇ ਆ ਤਾਂ ਕਰਕੇ ਦੇਖੋ। ਹੈਲੋ ਯਾਰ, ਜਮੀ ਵਾਲੇ ਸਾਨੂੰ ਇੱਕ ਸਕਿੰਟ ਹੋਇਆ ਇਹਨੂੰ ਮਿਲੇ ਨੂੰ, ਸੁਪਰ ਫਰੈਂਡਲੀ ਨੇ, ਤਿੰਨ ਚਾਰ ਨੇ ਬੜਾ ਜ਼ਿਆਦਾ ਫਰੈਂਡਲੀ ਨੇ। ਜਦੋਂ ਡੈਡੀ ਹੁਣ ਜੀ ਇੱਧਰ ਰਾਜਸਥਾਨ 'ਚ ਰਹਿੰਦੇ ਸੀਗੇ, ਪੋਸਟਿੰਗ ਸੀਗੀ ਜੀ, ਉਦੋਂ ਡੈਡੀ ਕਹਿੰਦੇ ਮਿਲਕ ਕੇਕ ਅਸੀਂ ਬਹੁਤ ਖਾਂਦੇ ਸੀ, ਕਿਉਂਕਿ ਉਹਦੇ ਦਾ ਮਿਲਕ ਕੇਕ ਸਪੈਸ਼ਲ ਹੁੰਦਾ ਵਾ। ਕਿਵੇਂ ਆ ਰਵੀ? ਠੀਕ ਆ, ਵਧੀਆ, ਮੈਂ ਤਾਂ ਠੀਕ। ਡੈਡੀ ਸੋ ਇਸ ਕਰਕੇ ਅਸੀਂ ਰਾਹ 'ਚ ਮਿਲਕ ਕੇਕ ਲਿਆ ਸੀ। ਆਹ ਦੇਖੋ ਜੀ ਵਿਭਿੰਨ ਵਿਭਿੰਨ ਪ੍ਰਕਾਰ ਕੀ ਪ੍ਰਜਾਤੀਆਂ ਕੁੱਕੜੂ ਮੁਰਗੇ, ਦੇਖੋ ਜਿਵੇਂ ਪੁਰਾਣੇ ਟਾਈਮਾਂ ਦੇ ਵਿੱਚ ਬੈਠਦੇ ਸੀਗੇ ਉਵੇਂ ਫਿਰਦੇ ਨੇ ਸਾਰੇ ਫ੍ਰੀ, ਅਤੇ ਇੱਦਾਂ ਹੀ ਆ ਰਾਤ ਨੂੰ ਇਹਨਾਂ ਨੂੰ ਇਹਦੇ ਵਿੱਚ ਡੁੱਕਦੇ ਨਹੀਂ ਹੈਗੇ, ਇਹ ਐਂ ਰਾਤ ਨੂੰ ਫਿਰੀ ਜਾਂਦੇ, ਉਰੀ ਸੌਂ ਜਾਂਦੇ ਆ ਬਾਹਰ, ਜਿਵੇਂ ਤੁਸੀਂ ਦੇਖ ਸਕਦੇ ਹੋ ਗਾਹ ਪਾਇਆ ਹੋਇਆ ਹੈ ਨਾ, ਪਰ ਪੂਰਾ ਇੰਜੋਏ ਕਰਦੇ ਆ ਇਹ। ਇਹਦੇ ਸੱਟ ਲੱਗੀ ਹੋਈ ਇਸ ਕਰਕੇ ਇਹਦੇ ਝੱਗਾ ਪਾਇਆ ਹੋਇਆ ਵਾ, ਦੂਜੇ ਪਾਸੇ ਵੀ ਇਹ ਮੂੰਹ ਨਾ ਮਾਰੇ ਬਾਹਲਾ, ਉਹਦੇ ਨਾਲ ਇਹਨੇ ਖਰਾਬ ਕਰ ਲਈ ਸੀ ਆਪਣੀ ਸੱਟ ਹੀ। ਇਹ ਬੱਸ ਪਹਿਲਾਂ ਹੀ ਬਹੁਤ ਘੰਟੇ ਲੇਟ ਆਈ ਆ, ਇਹ ਸਵੇਰ ਦਾ ਟਾਈਮ ਸੀ ਇਹਦਾ ਸਾਜਰੇ ਦਾ, ਮੇਰਾ ਘੰਟਾ ਇਹਨਾਂ ਨੂੰ ਉਰੇ ਲੱਗ ਜਾਣਾ। ਸ
सारे भाई अपने बंदे सलाह दे रहे ने बस अपने जो किसी नहीं चलानी आती घबरा गया वो टुट गया शीशा उधरला टुट गया देखो मामला खासा संगीन हो गया चक शीशे भी टुट गए बहुत औखा यार बेचारे मैनू मैनू एन फील हो रहा रवि है ना ये सीधा लै जाना सी ना उस बैक करनी सी तू आ जा शीशे तो शीशा टुट रहा हाँ शीशे टुट रहे ने और देखो दरख्त का की हो गया वाहेगुरु वाहेगुरु शीशा भी टुट गया बारी भी टुट गया थले डिग गया हाँ जी है नहीं 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 मोड़ लिया बधाइया वे ड्राइवर वीर नूं पानी पिला लिया हंस गई थी गाड़ी ये ड्राइवर है लवी बधाइया जेहड़े बाई का ब्याह वा बहुत लेट हो गए इन्होंने तीन चार बजे पहुंचना हुण गड्डी दे टुकड़े देखे जा सकते आ रात नूं असीं उहदे सुत्ते पए सीगे ओह मंजे ते मैं पिया सी उहदे अंकल पए सीगे ਅਤੇ ਇਹ ਤਾਂ ਆ ਕੇ ਮੇਰੇ ਮੰਜੇ ਥੱਲੇ ਪੈ ਗਿਆ ਨੇ ਦੋ ਤਿੰਨ ਦਾ ਸਿਰ ਮਾਰਿਆ ਜਦੋਂ ਉੱਠਦਾ ਸੀਗਾ ਉਹ ਤਾਂ ਸਾਰੀ ਰਾਤ ਹੀ ਚੱਕਰ ਕੱਢੀ ਗਿਆ ਉਹਨੇ ਜੀਭ ਵੀ ਲਾਤੀ ਸੀਗੀ ਮੇਰੇ ਰਾਤ ਨੂੰ ਰਵੀ ਦੇ ਮੰਜੇ ਉੱਤੇ ਆ ਕੇ ਪੈ ਗਿਆ ਸੀਗਾ ਮੈਂ ਤਾਂ ਇੰਨੀ ਜ਼ਿਆਦਾ ਘੱਟ ਡੀਦਾ ਹੀ ਇਹਨਾਂ ਤੋਂ ਇਹਦਾ ਡਰ ਲੱਗੇ ਰਾਤ ਨੂੰ ਹਨੇਰੇ 'ਚ ਪੂਰੇ 'ਚ ਫਿਰ ਰਾਤ ਮੀਂਹ ਬਹੁਤ ਪਿਆ ਅਤੇ ਤੜਕੇ ਕੁੱਕੜ ਉੱਠ ਗਏ ਕੁੱਕੜਾਂ ਨੇ ਜੇ ਬਾਂਗਾ ਅਤੇ ਬਾਗਾ 4 ਵਜੇ ਤੋਂ ਸੌਣ ਨਹੀਂ ਦਿੱਤਾ ਹੈਲੋ ਹੈਲੋ ਮਿਸਟਰ ਗੋਟ ਆਪਾਂ ਦੋਨੇ ਹੀ ਗੋਟ ਆ ਤੈਨੂੰ ਪਤਾ ਆਹ ਸਭ ਤੋਂ ਲੱਗ ਗਈ ਮੁਰਗਾ ਬਾਸਕਟਬਾਲ ਪਲੇਅਰ ਹੀ ਲੱਗਦਾ ਲੱਤਾਂ ਦੇਖੋ ਬਾਲਾ ਸਿਆਣਾ ਕੁੱਤਾ ਮੇਰੇ ਨਾਲ ਹੀ ਘੁੰਮਦਾ ਵਾ ਇੰਨਾ ਜ਼ਿਆਦਾ ਪਿਆਰ ਕਰਦਾ ਸਾਰਿਆਂ ਦੇ ਬਾਹਲਾ ਪਿਆਰ ਕਰਦਾ ਇਹ ਜਿੱਦਣ ਨੂੰ ਮਰਜ਼ੀ ਲੰਘ ਜਾ ਮੇਰੇ ਨਾਲ ਹੀ ਆ ਜਾਂਦਾ ਵਾ ਸੋ ਆਪਾਂ ਜੀ ਬਸ ਫਾਰਮ ਦੇ ਵਿੱਚ ਸੈਰ ਕਰ ਰਹੇ ਹਾਂ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਟੂਰਿਸਟ ਜਗ੍ਹਾਵਾਂ ਜੈਪੁਰ ਦੀਆਂ ਬਾਈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ